ਸਾਦਤ हसन ਮੰਟੂ ਦੀ ਕਹਾਣੀ ਖਾਲਦ ਮੀਆਂ ਦਾ ਬਾਕੀ ਦਾ ਹਿੱਸਾ ਸਵੇਰੇ 7 ਵਜੇ ਦੇ ਕਰੀਬ ਮੁਮਤਾਜ਼ ਨੇ થਰਮਾਮੀਟਰ ਲਗਾ ਕੇ ਵੇਖਿਆ 104 ਡਿਗਰੀ ਬੁਖਾਰ ਸੀ ਡਾਕਟਰ ਬੁਲਾਇਆ ਉਹਨੇ ਕਿਹਾ ਤਰਦਦ ਦੀ ਕੋਈ ਗੱਲ ਨਹੀਂ ਬ੍ਰੌਂਕਾਈਟਿਸ ਹੈ ਮੈਨੂੰ ਨੁਸਖਾ ਲਿਖ ਦੇਣਾ ਤਿੰਨ ਚਾਰ ਰੋਜ਼ ਚਾ ਆਰਾਮ ਆ ਜਾਏਗਾ ਡਾਕਟਰ ਨੁਸਖਾ ਲਿਖ ਕੇ ਚਲਾ ਗਿਆ ਮੁਮਤਾਜ਼ ਦਵਾਈ ਬਣਾ ਲਿਆ ਖਲਾਲ ਖਾਲਦ ਨੂੰ ਇੱਕ ਖੁਰਾਕ ਪਲਾਈ ਪਰ ਉਹਨੂੰ ਤਸੱਲੀ ਨਹੀਂ ਹੋਈ 10 ਵਜੇ ਦੇ ਕਰੀਬ ਇੱਕ ਵੱਡਾ ਡਾਕਟਰ ਲਿਆਇਆ ਉਨੇ ਚੰਗੀ ਤਰ੍ਹਾਂ ਖਾਲਿਦ ਨੂੰ ਵੇਖਿਆ ਤਸੱਲੀ ਦਿੱਤੀ ਕੋਈ ਭਰਾਨ ਦੀ ਕੋਈ ਗੱਲ ਨਹੀਂ ਸਭ ਠੀਕ ਹੋ ਜਾਏਗਾ ਸਭ ਠੀਕ ਨਾ ਹੋਇਆ بڑے ਡਾਕਟਰ ਦੀ ਦਵਾਈ ਨੇ ਕੋਈ ਅਸਰ ਨਾ ਕੀਤਾ ਬੁਖਾਰ ਤੀਜ਼ ਹੁੰਦਾ ਗਿਆ ਮੁਮਤਾਜ਼ ਦੇ ਨੌਕਰ ਨੇ ਕਿਹਾ ਸਾਹਿਬ ਰੋਗ ਵਗੈਰਾ ਕੋਈ ਨਹੀਂ ਖਾਲਿਦ मियां ਨੂੰ ਨਜ਼ਰ ਲੱਗ ਗਈ ਹੈ ਮੈਂ ਇੱਕ ਤਵੀਤ ਲਿਖਵਾ ਕੇ ਲਿਆਂ ਅੱਲਾ ਦੇ ਹੁਕਮ ਨਾਲ ਐਵੇਂ ਚੁਟਕੀਆਂ ਚ ਅਸਰ ਕਰੇਗਾ ਸੱਤ ਖੂਵਾਂ ਦਾ ਪਾਣੀ ਇਕੱਠਾ ਕੀਤਾ ਗਿਆ ਉਸ ਠਿਕ ਤਵੀਤ ਢੋਲ ਕੇ ਖਾਲਿਦ ਨੂੰ ਪਲਾਇਆ ਗਿਆ کوئی اثر نہ ہوا۔ بوانڈن 아이 او ایک یونانی دوائی تجویز کر گئی۔ ممتاج دوائی لے یا پروںے خالد ਨੂੰ ਨਹੀਂ ਦਿੱਤੀ۔ شام ਨੂੰ ممتاج ਦਾ ایک ਰਿਸ਼ਤੇਦਾਰ ਆਇਆ ਨਾਲ ਉਹਦੇ ਇੱਕ ਡਾਕਟਰ ਸੀ ਉਹਨੇ خالد ਨੂੰ ਵੇਖਿਆ ਕਿ ਆ ਮਲੇਰੀਆ ਹੈ। ਇੰਨਾ بخਾਰ ਮਲੇਰੀਆ ਚ ਹੀ ਹੁੰਦਾ ਤੁਸੀਂ ਇਹਦੇ ਬਰਫ਼ ਦੀਆਂ ਪੱਟੀਆਂ ਰੱਖੋ। ਮੈਂ ਕੁਨین ਦਾ ਇੰਜੈਕਸ਼ਨ ਦਿੰਨਾ। ਬਰਫ਼ ਦੀਆਂ ਪੱਟੀਆਂ ਕੀਤੀਆਂ بخਾਰ ਇੱਕਦਮ ਘੱਟ ਹੋ ਗਿਆ। ਹਰਾਰਤ ਦਾ ਦਰਜਾ 98 ਡਿਗਰੀ ਤੱਕ ਆ ਗਿਆ। ਮੁਮਤਾਜ਼ ਤੇ ਉਹਦੀ ਪਤਨੀ ਦੀ ਜਾਂਚ ਜਾਨ ਆਈ ਪਰ ਥੋੜੇ ਅਰਸੇ ਚ ਬੁਖਾਰ ਬਹੁਤ ਤੇਜ਼ ਹੋ ਗਿਆ। ਮੁਮਤਾਜ਼ ਨੇ ਥਰਮਾਮੀਟਰ ਲਗਾ ਕੇ ਵੇਖਿਆ, ਹਰਾਰਤ ਦਾ ਦਰਜਾ 106 ਤੱਕ ਪਹੁੰਚ ਗਿਆ। ਗੌਂਡਨ ਆਈਓ ਨੇ ਖਾਲਿਦ ਨੂੰ ਮਾਇੂਸ ਨਜ਼ਰਾਂ ਨਾਲ ਵੇਖਿਆ। ਮੁਮਤਾਜ਼ ਦੀ ਪਤਨੀ ਨੂੰ ਕਿ ਬੱਚੇ ਦੀ ਗਰਦਨ ਦਾ ਮਣਕਾ ਟੁੱਟ ਗਿਆ। ਮੁਮਤਾਜ਼ ਤੇ ਉਹਦੀ ਪਤਨੀ ਦੇ ਦਿਲ ਬੈਠ ਗਏ। ਮੁਮਤਾਜ਼ ਨੇ ਹੀਠਾਂ ਕਾਰਖਾਨੇ ਤੋਂ ਹਸਪਤਾਲ ਫੋਨ ਕੀਤਾ। ਹਸਪਤਾਲ ਵਾਲਿਆਂ ਨੇ ਕਿਹਾ ਮਰੀਜ਼ ਲੈ ਆਓ। ਮੁਮਤਾਜ਼ ਨੇ ਫੌਰਨ ਟਾਂਗਾ ਮੰਗਵਾਇਆ ਖਾਲਿਦ ਨੂੰ ਗੋਦ ਚੁਲਿਆ ਪਤਨੀ ਨੂੰ ਨਾਲ ਬਿਠਾਇਆ ਹਸਪਤਾਲ ਦਾ ਰੁੱਖ ਕੀਤਾ ਸਾਰਾ ਦਿਨ ਉਹ ਪਾਣੀ ਪੀਂਦਾ ਰਿਹਾ ਸੀ ਪਰ ਪਿਆਸ ਸੀ ਕਿ 부ਝਦੀ ਨਹੀਂ ਸੀ ਹਸਪਤਾਲ ਜਾਂਦੇ ਰਸਤੇ 'ਚ ਉਹ ਦਾ ਹਲਕ ਬੇहद ਖੁਸ਼ਕ ਹੋ ਗਿਆ ਉਹਨੇ ਸੋਚਿਆ ਉਤਰ ਕੇ ਕਿਸੇ ਦੁਕਾਨ ਤੋਂ ਇੱਕ ਗਲਾਸ ਪਾਣੀ ਪੀ ਲਵੇ ਪਰ ਖੁਦਾ ਜਾਣੇ ਕਿੱਥੋਂ ਇਹ ਵਹਿਮ ਇੱਕਦਮ ਉਹਦੇ ਦਿਮਾਗ 'ਚ ਆ ਟਪਕਿਆ ਵੇਖੋ ਜੇਕਰ ਤੁਸੀਂ ਪਾਣੀ ਪੀਤਾ ਤੁਹਾਡਾ ਖਾਲਿਦ ਮਰ ਜਾਏਗਾ ਮੁਮਤਾਜ਼ ਦਾ ਹਲਕ ਸੁੱਕ ਕੇ ਲੱਕੜੀ ਹੋ ਗਿਆ ਪਰ ਉਹਨੇ ਪਾਣੀ ਨਹੀਂ ਪੀਤਾ ਹਸਪਤਾਲ ਦੇ ਕਰੀਬ ਟਾਂਗਾ ਪਹੁੰਚਿਆ ਉਹਨੇ ਸਿਗਰਟ ਸੁਲਗਾਈ ਦੋਈ ਕਸ਼ ਲਾਏ ਤਾਂ ਉਹਨੇ ਇੱਕਦਮ ਸਿਗਰਟ ਛੁੱਟ ਦਿੱਤੀ ਉਹਦੇ ਦਿਮਾਗ 'ਚ ਵਹਿਮ ਗੁੰਜਿਆ ਮੁਮਤਾਜ਼ ਸਿਗਰਟ ਨਾ ਪੀਓ ਤੁਹਾਡਾ ਬੱਚਾ ਮਰ ਜਾਏਗਾ ਮੁਮਤਾਜ਼ ਨੇ ਟਾਂਗਾ ਰੋਕਿਆ ਉਹਨੇ ਸੋਚਿਆ ਇਹ ਕੀ ਹਿਮਾਕਤ ਹੈ ਇਹ ਵਹਿਮ ਸਭ ਫਜ਼ੂਲ ਹੈ ਸਿਗਰਟ ਪੀਣ ਨਾਲ ਬੱਚੇ ਤੇ ਕੀ ਆਫਤ ਆ ਸਕਦੀ ਹੈ ਟਾਂਗੇ ਤੋਂ ਉਤਰ ਕੇ ਉਹਨੇ ਸਿਗਰਟ ਸੜਕ ਤੋਂ ਸਿਗਰਟ ਚੁੱਕਿਆ ਵਾਪਸ ਟਾਂਗੇ 'ਚ ਬੈਠ ਕੇ ਜਦੋਂ ਉਹਨੇ ਕਸ਼ ਲਾਉਣਾ ਚਾਇਆ ਕਿਸੇ ਅਗਿਆਤ ਤਾਕਤ ਨੇ ਉਹਨੂੰ ਰੋਕਿਆ ਨਹੀਂ ਮੁਮਤਾਜ਼ ਅਜਿਆ ਨਾ ਕਰੋ ਖਾਲਿਦ ਮਰ ਜਾਏਗਾ। ਮਮਤਾਜ ਨੇ ਸਿਗਰਟ ਜ਼ੋਰ ਨਾਲ ਸੁੱਟ ਦਿੱਤੀ। ਟਾਂਗੇ ਵਾਲੇ ਨੇ ਘੂਰ ਕੇ ਉਹਨੂੰ ਵੇਖਿਆ। ਮਮਤਾਜ ਨੇ ਮਹਿਸੂਸ ਕੀਤਾ ਤਜਵੀਨ ਨੂੰ ਉਹਦੀ ਦਿਮਾਗੀ ਕਾਫੀਅਤ ਦਾ ਇਲਮ ਹੈ। ਉਹ ਦਾ ਮਜ਼ਾਕ ਉਡਾਰ ਰਿਹਾ ਆਪਣੀ ਜ਼ਿਲਤ ਦੂਰ ਕਰਨ ਦੀ ਖਾਤਰ ਉਹਨੇ ਟਾਂਗੇ ਵਾਲੇ ਨੂੰ ਕਿਹਾ ਖਰਾਬ ਹੋ ਗਈ ਸੀ ਸਿਗਰਟ। ਇਹ ਕਹਿ ਕੇ ਉਹਨੇ ਜੇਬ ਚੋਂ ਇੱਕ ਨਵੀਂ ਸਿਗਰਟ ਕੱਢੀ ਸੁਲਗਾਉਣੇ ਚਾਹੀ ਪਰ ਡਰ ਗਿਆ। ਉਹਦੇ ਦਿlo ਦਿਮਾਗ 'ਚ ਹਲਚਲ ਜਿਹੀ ਮਚ ਗਈ। ਤਰਕ ਕਹਿੰਦਾ ਸੀ ਇਹ ਵਹਿਮ ਸਭ ਫਜ਼ੂਲ ਹਨ। ਪਰ ਕੋਈ ਅਜਿਹੀ ਆਵਾਜ਼ ਸੀ ਕੋਈ ਅਜਿਹੀ ਤਾਕਤ ਸੀ ਜੋ ਦੇ ਮੰਤਕ ਉਹਦੀ ਦਲੀਲਬਾਜ਼ੀ ਉਹਦੇ ਤਰਕ ਤੇ ਗਾਲਬ ਹੋ ਜਾਂਦੀ ਸੀ ਤਾਂਗਾ ਹਸਪਤਾਲ ਦੇ ਫਾਟਕ ਚ ਦਾਖਲ ਹੋਇਆ ਉਹਨੇ ਸਿਗਰਟ ਉਂਗਲੀਆਂ ਚ ਮਸਲ ਕੇ ਸੁੱਟ ਦਿੱਤੀ ਉਹਨੂੰ ਆਪਣੇ ਉੱਤੇ ਬਹੁਤ ਤਰਸ ਆਇਆ ਕਿ ਵਹਿਮਾਂ ਦਾ ਗੁਲਾਮ ਬਣ ਗਿਆ ਹਸਪਤਾਲ ਵਾਲਿਆਂ ਨੇ ਫੌਰਨ ਹੀ ਖਾਲਿਦ ਨੂੰ ਦਾਖਲ ਕਰ ਲਿਆ ਡਾਕਟਰ ਨੇ ਵੇਖਿਆ ਕਿ ਬ੍ਰਾਂਕੋ ਨਿਮੋਨੀਆ ਹੈ ਹਾਲਤ ਖਦਸ਼ਿਆਂ ਭਰੀ ਹੈ ਖਾਲਿਦ ਹੋ ਬੇਹੋਸ਼ ਸੀ मां ਦੇ ਸਹਰਾਣੇ ਬੈਠੀ ਬੇਰਾਨ ਨਿਗਾਹਾਂ ਨਾਲ ਉਹਨੂੰ ਵੇਖ ਰਹੀ ਸੀ। ਕਮਰੇ ਦੇ ਨਾਲ ਗੁਸਲਖਾਨਾ ਸੀ। ਮੁਮਤਾਜ਼ ਨੂੰ ਸਖਤ ਪਿਆਸ ਲੱਗ ਰਹੀ ਸੀ। ਨਾਲ ਖੋਲ ਕੇ ਓਕ ਨਾਲ ਪਾਣੀ ਪੀਣ ਲੱਗਾ ਫਿਰ ਉਹੀ ਵਿਅਮ ਉਹਦੇ ਦਿਮਾਗ 'ਚ ਗੂੰਜਿਆ ਮੁਮਤਾਜ਼ ਇਹ ਕੀ ਕਰ ਰਿਹਾ ਹੈ? ਪਾਣੀ ਨਾ ਪੀਓ ਤੇਰਾ ਖਾਲਦ ਮਰ ਜਾਏਗਾ। ਮੁਮਤਾਜ਼ ਨੇ ਦਿਲ 'ਚ ਸਵੈਮ ਨੂੰ ਗਾਲ ਦਿੱਤਾ। ਇੰਤਕਾਮ ਨੇ ਨਾ ਪਾਣੀ ਪੀਤਾ ਕਿ ਉਹਦਾ ਢਿੱਡਾ ਫਰ ਗਿਆ। ਪਾਣੀ ਪੀ ਕੇ ਗੁਸਲਖਾਨੇ ਤੋਂ ਬਾਹਰ ਆਇਆ। ਉਹਦਾ ਖਾਲਦ ਉਸੇ ਤਰ੍ਹਾਂ ਮਰ ਜਾਇਆ ਬੇਹੋਸ਼। ਹਸਪਤਾਲ ਦੇ ਲੋਹੇ ਤੇ ਮੰਜੇ ਤੇ ਪਿਆ ਸੀ ਉਹ ਚਾਹੁੰਦਾ ਸੀ ਕਿਤੇ ਭੱਜ ਜਾਵੇ ਉਹਦੇ ਹੋਸ਼ ਉਹ ਵਸ ਗਾਇਬ ਹੋ ਜਾਣ ਖਾਲਿਦ ਤੰਦਰੁਸਤ ਹੋ ਜਾਏ ਤੇ ਇਹਦੇ ਬਦਲੇ ਉਹਨੂੰ ਨਿਮੋਨੀਆ ਹੋ ਜਾਏ ਮਮਤਾਜ ਨੇ ਮਹਿਸੂਸ ਕੀਤਾ ਖਾਲਿਦ ਹੁਣ ਪਹਿਲਾਂ ਨਾਲੋਂ ਜ਼ਿਆਦਾ ਜ਼ਰਦ ਹੈ ਉਹਨੇ ਸੋਚਿਆ ਸਭ ਉਹਦੇ ਪਾਣੀ ਪੀ ਲੈਣ ਦਾ ਕਾਰਨ ਹੈ ਜੇਕਰ ਉਹ ਪਾਣੀ ਨਾ ਪੀਂਦਾ ਤਾਂ ਜ਼ਰੂਰ ਖਾਲ ਦੀ ਹਾਲਤ ਬਿਹਤਰ ਹੋ ਜਾਂਦੀ ਉਹਨੂੰ ਬਹੁਤ ਦੁੱਖ ਹੋਇਆ ਉਹਨੇ ਖੁਦ ਨੂੰ ਬਹੁਤ ਲਾਣਤ ਮਲਾਮਤ ਕੀਤੀ ਪਰ ਫਿਰ ਉਹਨੂੰ ਖਿਆਲ ਆਇਆ ਕਿ ਜਿਹਨੇ ਇਹ ਗੱਲ ਸੋਚੀ ਸੀ ਉਹ ਮੁਮਤਾਜ਼ ਨਹੀਂ ਕੋਈ ਹੋਰ ਸੀ ਤੇ ਕੌਣ ਸੀ ਕਿਉਂ ਉਹਦੇ ਦਿਮਾਗ 'ਚ ਅਜੇ ਵਹਿਮ ਪੈਦਾ ਹੁੰਦੇ ਪਿਆਸ ਲੱਗਦੀ ਪਾਣੀ ਪੀ ਲਿਆ ਇਹ ਤੋਂ ਖਾਲਦ ਤੇ ਕੀ ਅਸਰ ਪੈ ਸਕਦਾ ਹੈ ਖਾਲਦ ਜ਼ਰੂਰ ਤੰਦਰੁਸਤ ਹੋ ਜਾਏਗਾ ਪਰਸੋਂ ਉਹਦਾ ਜਨਮ ਦਿਨ ਇਨਸ਼ਾਅੱਲਾ ਖੂਬ ਠਾਠ ਨਾਲ ਮਨਾਇਆ ਜਾਏਗਾ ਫੌਰਨ ਇਹ ਉਹਦਾ ਦਿਲ بیٹھ ਜਾਂਦਾ ਕੋਈ ਆਵਾਜ਼ ਉਹਨੂੰ ਕਹਿੰਦੀ ਖਾਲਦ ਇੱਕ ਸਾਲ ਦਾ ਹੋ ਹੀ ਨਹੀਂ ਸਕੇਗਾ ਮੁਮਤਾਜ਼ ਦਾ ਦਿਲ ਚਾਹੁੰਦਾ ਉਹ ਇਸ ਆਵਾਜ਼ ਦੀ ਜ਼ਬਾਨ ਫੜ ਲਵੇ ਉਹਨੂੰ ਗੁੱਦੀ ਚੋਂ ਕੱਢਦੇ ਪਰ ਇਹ ਆਵਾਜ਼ ਤਾਂ ਖੁਦ ਉਹਦੇ ਦਿਮਾਗ 'ਚ ਪੈਦਾ ਹੁੰਦੀ ਸੀ ਖੁਦਾ ਕਿਵੇਂ ਖੁਦਾ ਜਾਣੇ ਕਿਵੇਂ ਹੁੰਦੀ ਸੀ ਕਿਉਂ ਹੁੰਦੀ ਸੀ ਮੁਮਤਾਜ ਇੰਨਾ ਤੰਗ ਆ ਗਿਆ ਕਿ ਉਹਨੇ ਦਿਲੀ ਦਿਲ 'ਚ ਆਪਣੇ ਵਹਿਮਾਂ ਨੂੰ ਗਿੜਗੜਾ ਕੇ ਕਿਹਾ ਖੁਦਾ ਲਈ ਮੇਰੇ ਤੇ ਰਹਿਮ ਕਰੋ ਕਿਉਂ ਤੁਸੀਂ ਮੇਰੇ ਗਰੀਬ ਦੇ ਪਿੱਛੇ ਪੈ ਗਏ ਸ਼ਾਮ ਹੋ ਚੁੱਕੀ ਸੀ ਕਈ ਡਾਕਟਰ ਖਾਲਦ ਨੂੰ ਵੇਖ ਚੁੱਕੇ ਸੀ ਦਵਾਈ ਦਿੱਤੀ ਜਾ ਰਹੀ ਸੀ ਕਈ ਇੰਜੈਕਸ਼ਨ ਲੱਗ ਚੁੱਕੇ ਸੀ ਪਰ ਖਾਲਿਦ ਅਜੇ ਤੱਕ ਬੇਹੋਸ਼ ਸੀ ਅਚਾਨਕ ਮੁਮਤਾਜ਼ ਦੇ ਦਿਮਾਗ 'ਚ ਆਵਾਜ਼ ਗੂੰਜੀ ਤੂੰ ਇੱਥੋਂ ਚਲਾ ਜਾ ਫੌਰਨ ਚਲਾ ਜਾ ਵਰਨਾ ਖਾਲਿਦ ਮਰ ਜਾਏਗਾ ਮੁਮਤਾਜ਼ ਕਮਰੇ 'ਚੋਂ ਬਾਹਰ ਚਲਾ ਗਿਆ ਹਸਪਤਾਲ ਤੋਂ ਬਾਹਰ ਚਲਾ ਗਿਆ ਉਹਦੇ ਦਿਮਾਗ 'ਚ ਆਵਾਜ਼ਾਂ ਗੂੰਜਦੀਆਂ ਰਹੀਆਂ ਉਹਨੇ ਆਪਣੇ ਆਪ ਨੂੰ ਉਹਨਾਂ ਆਵਾਜ਼ਾਂ ਦੇ ਹਵਾਲੇ ਕਰ ਦਿੱਤਾ ਆਪਣੀ ਹਰ ਜ਼ੰਬਸ਼ ਆਪਣੀ ਹਰ ਹਰਕਤ ਉਹਨਾਂ ਦੇ ਹੁਕਮ ਦੇ سپرد ਕਰ ਦਿੱਤੀ ਇਹ ਉਹਨੂੰ ਇੱਕ ਹੋਟਲ 'ਚ ਲੈ ਆਇਆ ਗੰਗਿਆ ਤੇ ਉਹ ਉਹਨਾਂ ਨੇ ਉਹਨੂੰ ਸ਼ਰਾਬ ਪੀਣ ਲਈ ਗਿਆ ਸ਼ਰਾਬ ਆਈ ਉਹਨੂੰ ਸੁੱਟ ਦੇਣ ਦਾ ਹੁਕਮ ਦਿੱਤਾ ਮੁਮਤਾਜ਼ ਨੇ ਹੱਥੋਂ ਗਲਾਸ ਸੁੱਟ ਦਿੱਤਾ ਹੋਰ ਮੰਗਵਾਉਣ ਲਈ ਗਿਆ ਦੂਜਾ ਗਲਾਸ ਆਇਆ ਉਹਨੂੰ ਵੀ ਸੁੱਟ ਦੇਣ ਲਈ ਗਿਆ ਸ਼ਰਾਬ ਤੇ ਟੁੱਟੇ ਹੋਏ ਗਲਾਸਾਂ ਦੇ ਬਿੱਲ ਅਦਾ ਕਰਕੇ ਮੁਮਤਾਜ਼ ਬਾਹਰ ਨਿਕਲਿਆ ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਚਾਰੇ ਪਾਸੇ ਖਾਮੋਸ਼ੀ ਖਾਮੋਸ਼ੀ ਹੈ ਸਿਰਫ ਉਹਦਾ ਦਿਮਾਗ ਹੈ ਜਿੱਥੇ ਰੌਲਾ ਵਰਪਾ ਹੈ ਚਲਦਾ ਚਲਦਾ ਹਸਪਤਾਲ ਪਹੁੰਚ ਗਿਆ ਖਾਲਿਦ ਦੇ ਕਮਰੇ ਦਾ ਰੁਕ ਕੀਤਾ ਉਹਨੂੰ ਹੁਕਮ ਹੋਇਆ ਨਾ ਜਾਓ ਉੱਧਰ ਤੁਹਾਡਾ ਖਾਲਿਦ ਮਰ ਜਾਏਗਾ ਉੱਪਰ ਤਾਇਆ ਕਾਦਾ ਮੈਦਾਨ ਸੀ ਉੱਥੇ ਇੱਕ ਬੈਂਚ ਪਈ ਸੀ ਉਸ ਤੇ ਲੇਟ ਗਿਆ ਰਾਤ ਦੇ 10 ਵੱਜ ਚੁੱਕੇ ਸੀ ਮੈਦਾਨ ਹਨੇਰਾ ਸੀ ਚਾਰੇ ਪਾਸੇ ਖਮੋਸ਼ੀ ਸੀ ਕਦੀ ਕਦੀ ਕਿਸੇ ਮੋਟਰ ਦੇ ਘਰਨ ਦੀ ਆਵਾਜ਼ ਉਸ ਖਮੋਸ਼ੀ 'ਚ ਖਰਾਸ਼ ਪੈਦਾ ਕਰਦੀ ਗੁਜ਼ਰ ਜਾਂਦੀ ਸਾਹਮਣੇ ਉੱਚੀ ਦੀਵਾਰ ਤੇ ਹਸਪਤਾਲ ਦਾ ਰੋਸ਼ਨ ਕਲਾਕ ਸੀ ਮੁਮਤਾਜ਼ ਖਾਲਿਦ ਦੇ ਬਾਰੇ ਸੋਚ ਰਿਹਾ ਸੀ ਕਿ ਉਹ ਬਚ ਜਾਏਗਾ ਇਹ ਬੱਚੇ ਕਿਉਂ ਪੈਦਾ ਹੁੰਦੇ ਆ ਜਿਨ੍ਹਾਂ ਨੇ ਮਰਨਾ ਹੁੰਦਾ ਉਹ ਜ਼ਿੰਦਗੀ ਕਿਉਂ ਪੈਦਾ ਹੁੰਦੀ ਜਿਨੇ ਇੰਨੀ ਜਲਦੀ ਮੌਤ ਦੇ ਮੂੰਹ ਚ ਜਾਣਾ ਹੁੰਦਾ ਖਾਲਿਦ ਜ਼ਰੂਰ ਇੱਕਦਮ ਉਹਦੇ ਦਿਮਾਗ 'ਚ ਇੱਕ ਵਹਿਮ ਫੁੱਟਿਆ ਬੈਂਚ ਤੋਂ ਉਤਰ ਕੇ ਉਹ ਸਜਦੇ 'ਚ ਡਿੱਗ ਪਿਆ ਹੁਕਮ ਸੀ ਇਸੇ ਤਰ੍ਹਾਂ ਪਿਆਰ ਹੈ ਜਦੋਂ ਤੱਕ ਖਾਲਿਦ ਠੀਕ ਨਾ ਹੋ ਜਾਏ ਮਮਤਾਜ ਸਜਦੇ 'ਚ ਪਿਆਰਿਆ ਦੁਆ ਮੰਗਣਾ ਚਾਹੁੰਦਾ ਸੀ ਪਰ ਹੁਕਮ ਸੀ ਕਿ ਨਾ ਮੰਗ ਮਮਤਾਜ ਦੀਆਂ ਅੱਖਾਂ ਚ ਅਥਰੂ ਆ ਗਏ ਉਹ ਖਾਲਿਦ ਲਈ ਨਹੀਂ ਆਪਣੇ ਲਈ ਦੁਆ ਮੰਗਣ ਲੱਗਾ ਖੁਦਾਇਆ ਮੈਨੂੰ ਇਸ ਅਜ਼ੀਅਤ ਤੋਂ ਨਜਾਤ ਦੇ ਤੂੰ ਜੇਕਰ ਖਾਲਦ ਨੂੰ ਮਾਰਨਾ ਹੈ ਤਾਂ ਮਾਰ ਦੇ ਇਹ ਮੇਰਾ ਕੀ ਹਾਲ ਕਰ ਰਿਹਾ ਅਚਾਨਕ ਉਹਨੂੰ ਆਵਾਜ਼ਾਂ ਸੁਣਾਈ ਦਿੱਤੀਆਂ ਉਹ ਤੋਂ ਕੁਝ ਦੂਰ ਦੋ ਆਦਮੀ ਕੁਰਸੀਆਂ ਉੱਤੇ ਬੈਠੇ ਖਾਣਾ ਖਾ ਰਹੇ ਸੀ ਆਪਸ ਵਿੱਚ ਗੱਲਾਂ ਕਰ ਰਹੇ ਸੀ ਬੱਚਾ ਬਹੁਤ ਖੂਬਸੂਰਤ ਹੈ ਮਾਂ ਦਾ ਹਾਲ ਮਿੱਥੂ ਵੇਖਿਆ ਨਹੀਂ ਗਿਆ ਵਿਚਾਰੀ ਹਰ ਡਾਕਟਰ ਦੇ ਪੈਰੀਂ ਪੈ ਰਹੀ ਸੀ ਅਸੀਂ ਆਪਣੇ ਵੱਲੋਂ ਤਾਂ ਹਰ ਸੰਭ 可能 ਕੋਸ਼ਿਸ਼ ਕੀਤੀ ਬਚਣਾ ਮੁਹਾਲ ਹੈ ਮੈਂ ਹੀ ਕਿਹਾ ਸੀ ਮਾਂ ਨੂੰ ਕਿ ਦੁਆ ਕਰ ਭੈਣ ਇੱਕ ਡਾਕਟਰ ਨੇ ਮਮਤਾਜ ਵੱਲ ਵੇਖਿਆ ਜੋ ਸਜਦੇ ਚ ਪਿਆ ਸੀ। ਉਹਨੂੰ ਜ਼ੋਰ ਨਾਲ ਆਵਾਜ਼ ਦਿੱਤੀ। "ਇੱਕ ਕੀ ਕਰ ਰਿਹਾ ਹੈ? ਇਧਰ ਆ।" ਮਮਤਾਜ ਉੱਠ ਕੇ ਦੋਨਾਂ ਡਾਕਟਰਾਂ ਦੇ ਕੋਲ ਗਿਆ। ਇੱਕ ਨੇ ਉਹ ਤੋਂ ਪੁੱਛਿਆ, "ਕੌਣ ਹੈ ਤੂੰ?" ਮਮਤਾਜ ਨੇ ਖੁਸ਼ਖੂਬਾ ਤੇ ਜ਼ਬਾਨ ਫੇਰ ਕੇ ਜਵਾਬ ਦਿੱਤਾ, "ਮੈਂ ਇੱਕ ਮਰੀਜ਼।" ਡਾਕਟਰ ਨੇ ਸਖਤਾਈ ਨਾਲ ਕਿਹਾ, "ਮਰੀਜ਼ ਹੋ ਤਾਂ ਅੰਦਰ ਜਾਓ। ਇੱਥੇ ਮੈਦਾਨ ਚ ਡੰਡ ਕਿਉਂ ਕੱਢਦੇ?" ਮਮਤਾਜ ਨੇ ਕਿਹਾ, "ਜੀ ਮੇਰਾ ਬੱਚਾ ਹੈ ਉੱਧਰ ਉਸ ਵਾਰਡ ਚ।" "ਉਹ ਤੇਰਾ ਬੱਚਾ ਹੈ ਜੋ?" "ਜੀ ਹਾਂ। ਸ਼ਾਇਦ ਤੁਸੀਂ ਉਸੇ ਦੀਆਂ ਗੱਲਾਂ ਕਰ ਰਹੇ ਸੀ। ਉਹ ਮੇਰਾ ਬੱਚਾ ਹੈ ਖਾਲੇ।" ਤੁਸੀਂ ਉਹਦੇ ਬਾਪ ਮਮਤਾਜ ਨੇ ਆਪਣਾ ਦੁੱਖ ਪੀੜ ਦੇ ਨਾਲ ਭਰਿਆ ਸਿਰ ਹਿਲਾਇਆ ਜੀ ਆ ਮੈਂ ਉਹਦਾ ਬਾਪ ਆ ਡਾਕਟਰ ਨੇ ਕਿਹਾ ਤੁਸੀਂ ਇੱਥੇ ਬੈਠੇ ਹੋ ਜਾਓ ਤੁਹਾਡੀ ਵਾਈਫ ਬਹੁਤ ਪਰੇਸ਼ਾਨ ਹੈ ਜੀ ਅੱਛਾ ਕਿਉਂਕਿ ਮਮਤਾਜ ਵਾਰਡ ਵੱਲ ਰਵਾਨਾ ਹੋਇਆ ਪੌੜੀਆਂ ਚੜ੍ਹ ਕੇ ਜਦੋਂ ਉੱਪਰ ਪਹੁੰਚਿਆ ਕਮਰੇ ਦੇ ਬਾਹਰ ਉਹਦਾ ਨੌਕਰ ਰੋ ਰਿਹਾ ਸੀ ਮਮਤਾਜ ਨੂੰ ਵੇਖ ਕੇ ਹੋਰ ਜ਼ਿਆਦਾ ਰੋਣ ਲੱਗਾ ਸਾਬ ਖਾਲਦ मियां ਫਾਤ ਹੋ ਗਏ ਮਮਤਾਜ ਕਮਰੇ ਅੰਦਰ ਗਿਆ ਉਦੀ ਪਤਨੀ ਬੇਹੋਸ਼ ਪਈ ਸੀ ਇੱਕ ਡਾਕਟਰ ਤੇ ਨਰਸਾਂ ਨੂੰ ਹੋਸ਼ ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ। ਮੁਮਤਾਜ਼ ਮੰਜੇ ਦੇ ਕੋਲ ਖੜਾ ਹੋ ਗਿਆ, ਖਾਲੇ ਦੀ ਅੱਖਾਂ ਬੰਦ ਕਰੀ ਪਿਆ ਸੀ। ਉਹਦੇ ਚਿਹਰੇ ਉੱਤੇ ਮੌਤ ਦੀ ਸ਼ਾਂਤੀ ਸੀ। ਮੁਮਤਾਜ਼ ਨੇ ਉਹਦੇ ਰੇਸ਼ਮੀ ਵਾਲਾਂ ਤੇ ਹੱਥ ਫੇਰਿਆ। ਦਿਲਚੀਰ ਦਰਦ ਦੇਣ ਵਾਲੇ ਲਹਿਜੇ 'ਚ ਉਸ ਤੋਂ ਪੁੱਛਿਆ, "ਖਾਲਦ ਮੀਆਂ, ਗੱਗੋ ਖਾਓਗੇ ਤੁਸੀਂ?" ਖਾਲੇ ਦਾ ਸਿਰ ਨਫੀ 'ਚ ਨਾ ਹਿੱਲਿਆ। ਮੁਮਤਾਜ਼ ਨੇ ਫਿਰ ਮਿੰਨਤ ਭਰੇ ਲਹਿਜੇ 'ਚ ਕਿਹਾ, "ਖਾਲਦ ਮੀਆਂ, ਮੇਰੇ ਵੈਮ ਲੈ ਜਾਓਗੇ ਆਪਣੇ ਨਾਲ मुन्ताज ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਖਾਲਦ ਨੇ ਸਿਰ ਹਿਲਾ ਕੇ ਆਂਕ ਕੀਤੀ ਹੈ ਧੰਨਵਾਦ